ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਮੇਰੇ ਵੱਲੋਂ। ਨਮਸਕਾਰ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਇਸ ਕਰਕੇ ਖਾਸ ਨਹੀਂ ਹੈਗਾ ਕਿ ਰਿਪਬਲਿਕ ਡੇ ਹੈ। ਪੰਜਾਬ ਲਈ ਇਸ ਕਰਕੇ ਖਾਸ ਹੈ ਕਿ ਰਿਪਬਲਿਕ ਡੇ ਲੈ ਕੇ ਹੀ ਪੰਜਾਬੀ ਆਏ ਨੇ, ਨਹੀਂ ਤਾਂ ਗੋਰਿਆਂ ਦੀਆਂ ਗੁਲਾਮੀਆਂ ਦੇ ਵਿੱਚ ਪਤਾ ਹੀ ਨਹੀਂ ਕਿੰਨੀਆਂ 26 ਜਨਵਰੀਆਂ ਲੰਘੀਆਂ ਸੀ। ਪੰਜਾਬੀਆਂ ਨੇ ਲੜਾਈਆਂ ਲੜੀਆਂ, ਸ਼ਹੀਦੀਆਂ ਦਿੱਤੀਆਂ, ਫਿਰ ਕਿਤੇ ਜਾ ਕੇ ਰਿਪਬਲਿਕ ਡੇ ਆਇਆ। ਸੋ ਪੰਜਾਬ ਇਸ ਰਿਪਬਲਿਕ ਡੇ ਨੂੰ ਖਾਸ ਤੌਰ ਤੇ ਮਨਾਉਂਦਾ ਹੈ। ਅੱਜ ਮੇਰੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਚ ਸਕੂਲਾਂ ਦੇ ਬੱਚੇ ਬੱਚੀਆਂ ਬੈਠੇ ਨੇ, ਨੌਜਵਾਨ ਮੁੰਡੇ ਕੁੜੀਆਂ ਪੁਲਿਸ ਫੋਰਸ ਦੇ ਬੈਠੇ ਨੇ, ਉਹਨਾਂ ਦੇ ਮਾਤਾ ਪਿਤਾ ਬੈਠੇ ਨੇ, ਮੇਰੇ MLA ਸਾਹਿਬਾਨ ਬੈਠੇ ਨੇ। ਉਹਨਾਂ ਦਾ ਵੀ ਦਿਲ ਕਰਦਾ ਬੋਲਣ ਨੂੰ, ਕਿਉਂਕਿ ਬੜੀ ਦੇਰ ਬਾਅਦ ਪੰਜਾਬ ਦੇ ਵਿੱਚ ਆਮ ਲੋਕਾਂ ਦਾ ਬੋਲਣ ਦੀ ਵਾਰੀ ਆਈ ਹੈ। ਕੋਈ ਵੀ ਬੋਲ ਸਕਦਾ ਹੈ। ਇੱਕ ਬੱਚਾ ਮੇਰੇ ਕੋਲ ਆਇਆ ਗੁਰਦੁਆਰਾ ਸਾਹਿਬ ਚ, ਕਹਿੰਦਾ ਜੀ ਛੁੱਟੀਆਂ ਕਰ ਦੋ, ਠੰਡ ਬਹੁਤ ਹੈ। ਔਰ ਮੈਂ ਕਰ ਵੀ ਦਿੱਤੀਆਂ। ਸੋ ਮੈਂ ਉਹ ਤੋਂ ਬਾਅਦ ਇਹ ਸੋਚਿਆ, ਮੈਂ ਕਿਹਾ ਯਾਰ ਕਿਆ ਕੌਨਫੀਡੈਂਸ ਹੈ ਬੱਚਿਆਂ ਚ। ਸੋ ਸਾਡੇ ਬੱਚਿਆਂ ਚ ਕੌਨਫੀਡੈਂਸ ਹੋਣਾ ਚਾਹੀਦਾ, ਔਰ ਉਹੀ ਕੌਨਫੀਡੈਂਸ ਪੈਦਾ ਕਰਨ ਵਾਸਤੇ ਅਸੀਂ ਐਫਰਟਸ ਕਰ ਰਹੇ ਹਾਂ ਹਰ ਰੋਜ਼ ਕਿ ਨੌਕਰੀਆਂ ਮਿਲਣ ਉਹਨਾਂ ਨੂੰ, ਉਹਨਾਂ ਦੀਆਂ ਡਿਗਰੀਆਂ ਮੁਤਾਬਕ ਨੌਕਰੀਆਂ ਮਿਲਣ। ਭਾਵੇਂ ਕੂਕਾ ਲਹਿਰ ਹੋਵੇ, ਬੱਬਰ ਕਾਲੀ ਲਹਿਰ ਹੋਵੇ, ਗਦਰ ਲਹਿਰ ਹੋਵੇ, ਕਾਮਾ ਗਾਟਾ ਮਾਰੂ ਹੋਵੇ, ਪਗੜੀ ਸੰਭਾਲ ਜੱਟਾ, ਜਿੰਨੀਆਂ ਵੀ ਲਹਿਰਾਂ ਚੱਲੀਆਂ ਪੰਜਾਬ ਚ ਚੱਲੀ, ਇਸ ਕਰਕੇ ਪੰਜਾਬ ਲਈ 26 ਜਨਵਰੀ ਤੇ 15 ਅਗਸਤ ਖਾਸ ਨੇ, ਕਿਉਂਕਿ ਅਸੀਂ ਲੈ ਕੇ ਦਿੱਤੇ ਨੇ। ਇਸ ਕਰਕੇ ਅਸੀਂ ਆਪਣਾ ਹੱਕ ਜਤਾਉਂਦੇ ਹਾਂ ਕਿ ਸਾਡੇ ਨੇ। ਪਰ ਦੁੱਖ ਦੀ ਗੱਲ ਹੈ, ਜਦੋਂ ਦੇਸ਼ ਦੀ 26 ਜਨਵਰੀ ਦੀ ਪਰੇਡ ਤੇ 15 ਅਗਸਤ ਦੀ ਪਰੇਡ ਦੇ ਵਿੱਚੋਂ ਪੰਜਾਬ ਦੀਆਂ ਝਾਕੀਆਂ ਕੱਢ ਦਿੱਤੀਆਂ ਜਾਂਦੀਆਂ ਨੇ ਕਿ ਨਹੀਂ ਜੀ ਪੰਜਾਬ ਦੀ ਝਾਕੀ ਨਹੀਂ ਆਊਗੀ, ਆਹ ਤੁਹਾਡੇ ਸਾਹਮਣੇ ਝਾਕੀਆਂ ਖੜੀਆਂ ਨੇ, ਇਹਦੇ ਚ ਕੁਛ ਗਲਤ ਲਿਖਿਆ ਹੋਇਆ, ਇਹਦੇ ਚ ਕੁਛ ਗਲਤ ਕਿਹਾ ਹੋਇਆ, ਇੱਕ ਵਾਰ ਦੱਸ ਦੋ। ਆਹ ਝਾਕੀਆਂ ਨੇ, ਉਹ ਫੁਲਕਾਰੀ ਕੱਢਦੀ ਕੁੜੀ ਹੈ, ਉਹ ਜਲਿਆਂ ਵਾਲੇ ਬਾਗ ਹੈ, ਉਹ ਭਗਤ ਸਿੰਘ ਕਰਤਾਰ ਸਰਾਭੇ ਨੇ, ਉਹ ਗਦਰੀ ਬਾਬੇ ਨੇ, ਤੇ ਸਾਨੂੰ ਕੱਢ ਕੇ ਆਜ਼ਾਦੀਆਂ ਦੇ ਦਿਵਸ ਕਿਵੇਂ ਮਨਾ ਲਓਗੇ ਫਿਰ ਤੁਸੀਂ? ਫਿਰ ਕਹਿੰਦੇ ਨੇ ਬੋਲਦਾ, ਫਿਰ ਕਹਿੰਦੇ ਨੇ ਭਗਵੰਤ ਮਾਨ ਬੋਲਦਾ। ਬੋਲੂੰਗਾ ਨੀ ਮੈਂ? ਮੇਰੇ ਪੰਜਾਬ ਦੀ ਅਣਖ ਤੇ ਇੱਜ਼ਤ ਦਾ ਸਵਾਲ ਹੈ, ਤਾਂ ਉੱਥੇ ਮੈਂ ਬੋਲੂੰਗਾ? ਕੋਈ ਗੱਲ ਨੀ, ਸਾਡੇ ਭਗਤ ਸਿੰਘਾਂ, ਸਾਡੇ ਕਰਤਾਰ ਸਰਾਭਿਆਂ, ਸਾਡੇ ਰਾਜਗੁਰੂ ਸੁਖਦੇਵਾਂ, ਸਾਡੇ ਗਦਰੀ ਬਾਬਿਆਂ ਦੀ ਇੱਜ਼ਤ ਨਹੀਂ ਕੱਟਣੀ। ਪਰ ਜੇ ਅੱਜ 26 ਜਨਵਰੀ ਚ ਆ ਝਾਕੀਆਂ ਪਾ ਲੈਂਦੇ, ਤੁਹਾਡੀ 26 ਜਨਵਰੀ ਦੀ ਇੱਜ਼ਤ ਵੱਧ ਜਾਣੀ ਸੀ,
ਸਾਡੀ ਨਹੀਂ ਘਟਣੀ। ਲਾਲਾ ਲਾਜਪਤ ਰਾਏ, ਮਦਨ ਲਾਲ ਢੀਂਗਰਾ, ਸੁਖਦੇਵ, ਦੀਵਾਨ ਸਿੰਘ ਕਾਲੇ ਪਾਣੀ, ਸਾਰਿਆਂ ਦੀਆਂ ਚਾਕੀਆਂ ਸੀ ਵਿੱਚ ਪਾਈ। ਕੋਈ ਗੱਲ ਨੀ, ਕਈ ਵਾਰੀ ਹੁੰਦਾ ਪੰਜਾਬ ਨੂੰ ਲੜਨਾ ਪੈਂਦਾ। ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ। ਪੂਰੇ ਦੇਸ਼ ਦਾ ਪੇਟ ਭਰਦਾ ਪੰਜਾਬ। 182 ਲੱਖ ਮੀਟ੍ਰਿਕ ਟਨ, 182 ਲੱਖ ਮੀਟ੍ਰਿਕ ਟਨ ਚੌਲ ਪੈਦਾ ਕਰਕੇ ਦਿੰਦੇ ਹਾਂ ਅਸੀਂ। ਉਸ ਚੱਕਰ ਚ ਅਸੀਂ ਅੱਧੀ ਧਰਤੀ ਗਵਾਲੀ, ਸਾਡਾ ਪਾਣੀ 650-600 ਫੁੱਟ ਤੇ ਚਲਾ ਗਿਆ। ਫੇਰ ਸਾਡੇ ਨਾਲ ਲੜਾਈਆਂ, MSP ਨਹੀਂ ਦੇਵਾਂਗੇ, ਆ ਕਰਾਂਗੇ, ਉਹ ਕਰਾਂਗੇ। ਕਿਉਂ ਕਰਦੇ ਹੋ ਯਾਰ ਸਾਡੇ ਨਾਲ ਇੱਦਾਂ? 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਨਾਲ ਲੱਗਦਾ, ਉਧਰੋਂ ਡਰੋਨ, ਪਿਸਤੌਲ, ਡਰੱਗ, ਪਤਾ ਨੀ ਕੀ ਆਈ ਜਾਂਦਾ, ਉਧਰ ਵੀ ਸਾਨੂੰ ਧਿਆਨ ਦੇਣਾ ਪੈਂਦਾ। ਸੋ ਇਸ ਕਰਕੇ ਮੈਂ ਕਿ ਪੰਜਾਬ ਬਹੁਤ ਵਫਾਦਾਰ ਸਟੇਟ ਹੈ, ਕਿਰਪਾ ਕਰਕੇ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ ਜਾਂ ਸਾਡੀ ਵਫਾਦਾਰੀ ਤੇ ਸ਼ੱਕ ਨਾ ਕਰੋ, ਇਹੋ ਜਿਹੇ ਹਾਲਾਤ ਨਾ ਪੈਦਾ ਕਰੋ ਕਿ ਸਾਨੂੰ ਆਪਣਾ ਆਪ ਹੀ ਦੇਖਣਾ ਪੈ ਜੇ ਫਿਰ। ਕਿਉਂਕਿ ਮੈਂ ਕੱਲ ਗਿਆ ਖੰਨੇ ਕੋਲੇ ਪਿੰਡ ਆ ਰਾਮਗੜ੍ਹ ਸਰਦਾਰਾ, ਅਗਨੀ ਵੀਰ ਸ਼ਹੀਦ ਹੋਇਆ, ਮੈਂ 1 ਕਰੋੜ ਰੁਪਏ ਦਾ ਚੈੱਕ ਲੈ ਕੇ ਗਿਆ। ਇਸ ਤੋਂ ਪਹਿਲਾਂ ਵੀ ਅਗਨੀ ਵੀਰ ਸ਼ਹੀਦ ਹੋਇਆ ਅੰਮ੍ਰਿਤਪਾਲ ਮੌੜ ਮੰਡੀ ਕੋਲੇ, ਜਿਵੇਂ ਹੱਥ ਚ ਕੱਟੇ ਨੂੰ ਸੁੱਟ ਕੇ ਜਾਂਦੇ ਆ ਇੱਦਾਂ ਲਾਸ਼ ਸੁੱਟ ਗਈ ਉਹਦੀ। ਕੋਈ ਸਨਮਾਨ ਨਹੀਂ, ਕੋਈ ਸਲਾਮੀ ਨਹੀਂ, ਕੋਈ ਗਾਰਡ ਆਫ ਆਨਰ ਨਹੀਂ, ਕੋਈ ਸਲੂਟ ਨਹੀਂ। ਕਹਿੰਦੇ ਜੀ ਅਗਨੀ ਵੀਰ ਹੈ, ਅਸੀਂ ਨਹੀਂ ਦਿੰਦੇ ਹੁੰਦੇ ਇਹਨਾਂ ਨੂੰ ਸਲਾਮੀਆਂ। ਡਾ ਦੁੱਖ ਹੋਇਆ, ਡਾ ਦੁੱਖ ਹੋਇਆ ਉਹਦੇ ਪਿਤਾ ਨੂੰ ਮੈਂ ਮਿਲਿਆ, ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਅਨਪੜ੍ਹ ਬੰਦਾ ਜੀ, ਮੈਨੂੰ ਤਾਂ ਪਤਾ ਹੀ ਨਹੀਂ ਅਗਨੀ ਵੀਰ ਕੀ ਹੁੰਦਾ, ਮੈਂ ਤਾਂ ਆਪਣਾ ਪੁੱਤ ਫੌਜ ਚ ਕਰਾਇਆ ਸੀ, ਫੌਜ ਚ ਭਰਤੀ ਕਰਾਇਆ ਸੀ। ਫਿਰ ਇਤਰਾਜ਼ ਪ੍ਰਗਟ ਕੀਤਾ ਕੇਂਦਰ ਸਰਕਾਰ ਕੋਲੇ, ਪੰਜਾਬ ਦੀ ਵਿਧਾਨ ਸਭਾ ਚ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ, 1 ਕਰੋੜ ਰੁਪਇਆ ਮੈਂ ਜਾ ਕੇ ਆਪ ਦੇ ਕੇ ਆਇਆ। ਤਾਂ ਜਿਹੜਾ ਖੰਨੇ ਕੋਲੇ ਰਾਮਗੜ੍ਹ ਸਰਦਾਰਾਂ ਵਾਲਾ ਮੁੰਡਾ, ਅਜੇ ਕੱਲ ਮੈਂ ਜਾ ਕੇ ਆਇਆ ਉਹਨਾਂ ਦੇ ਘਰੇ, ਤਾਂ ਫੌਜ ਨੇ ਗਾਰਡ ਆਫ ਆਨਰ ਦਿੱਤਾ, ਬਣਦੀ ਸਲਾਮੀ ਦਿੱਤੀ। ਫੌਜ ਦਾ ਇਸ ਗੱਲ ਲਈ ਬਹੁਤ ਬਹੁਤ ਧੰਨਵਾਦ, ਇੱਕ ਵਾਰੀ ਤਾੜੀਆਂ ਮਾਰ ਦਿਓ ਇਸ ਗੱਲ, ਬਹੁਤ ਬਹੁਤ ਧੰਨਵਾਦ। ਅਸੀਂ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟਦੇ, ਪਰ ਕੁਰਬਾਨੀਆਂ ਤੋਂ ਬਾਅਦ ਸਾਡੇ ਸਨਮਾਨ ਤਾਂ ਬਹਾਲ ਰੱਖੋ, ਕੁਰਬਾਨੀਆਂ ਤੋਂ ਬਾਅਦ ਸਾਨੂੰ ਸਲੂਟ ਤਾਂ ਦੇ ਦਿਓ। ਅਸੀਂ ਤਾਂ ਖੜੇ ਹਾਂ, ਅਸੀਂ ਤਾਂ 11 ਰਾਈਫਲਾਂ ਚੱਲਦੀਆਂ ਨੇ ਹਵਾ ਚ, 11 ਕਾਰਤੂਸ ਨਹੀਂ ਹੈਗੇ ਤੁਹਾਡੇ ਕੋਲੇ, ਤੇ ਤੁਹਾਡੇ ਕੋਲੇ 11 ਸਾਡੇ ਸੰਸਕਾਰ ਵਾਸਤੇ ਹੈ ਨੀ, ਤੇ ਮੁੰਡੇ 32-32, 33-33 ਕਾਰਤੂਸ ਆਪਦੀ ਹਿੱਕ ਚ ਖਾ ਕੇ ਸ਼ਹੀਦ ਹੋਏ ਨੇ, 33 ਹਿੱਕ ਚ ਪਏ ਨੇ, ਤੁਸੀਂ 11 ਦੇ ਨਹੀਂ ਸਕਦੇ? ਕਿ ਕਿਹੜੀ ਗੱਲ ਕਰਦੇ ਹੋ ਯਾਰ ਤੁਸੀਂ, ਹੱਦ ਹੈ। ਆਪਾਂ ਪੰਜਾਬ ਦੀ ਇੱਜ਼ਤ, ਪੰਜਾਬ ਦੀ ਅਣਖ ਕਦੇ ਢਿੱਲੀ ਨਹੀਂ ਪੈਣ ਦੇਣੀ। ਆਪਣੇ ਵੱਲੋਂ ਤਾਂ ਦਰਿਆ ਵੱਡੇ ਕਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ।
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਂ ਰਹੇ ਹਾਂ ਜਨਾਬ, ਬਸ਼ਰਮਾਂ ਦਾ ਤਾਂ ਨੀਵੀ ਪਾ ਕੇ ਵੀ ਸਰ ਜਾਂਦਾ ਹੈ। ਅਸੀਂ ਨੀਵੀ ਨਹੀਂ ਪਾਉਣੀ, ਅਸੀਂ ਪੰਜਾਬ ਦਾ ਸਿਰ ਉੱਚਾ ਰੱਖਣਾ। ਹੁਣ ਮੈਂ ਗੱਲਾਂ ਕਹਾਂ ਵੀ ਪੰਜਾਬ ਸਰਕਾਰ ਨੇ ਕੀ ਕੀ ਕਰਤਾ, ਮੈਨੂੰ ਲੱਗਦਾ ਹੁਣ ਤਾਂ ਮੈਨੂੰ ਦੱਸਣ ਦੀ ਲੋੜ ਹੀ ਨਹੀਂ, ਸਾਨੂੰ ਪਤਾ ਹੀ। ਮਹੱਲਾ ਕਲੀਨਿਕ ਖੁੱਲ ਗਏ, 97 ਲੱਖ ਬੰਦੇ ਮਹੱਲਾ ਕਲੀਨਿਕਾਂ ਚੋਂ ਦਵਾਈਆਂ ਲੈ ਕੇ ਠੀਕ ਹੋ ਕੇ ਵਾਪਸ ਘਰੇ ਜਾ ਚੁੱਕੇ, 97 ਲੱਖ ਅੱਜ ਦੀ ਤਰੀਕ ਚ ਟਿਲ ਡੇਟ। ਸਕੂਲ ਬਣਾ ਰਿਹਾ, ਸਕੂਲ ਆਫ ਐਮੀਨੈਂਸ ਖੁੱਲ ਰਹੇ ਨੇ। ਅਰਵਿੰਦ ਕੇਜਰੀਵਾਲ ਜੀ ਨੇ ਬੜਾ ਵਧੀਆ ਤਜਰਬਾ ਕੀਤਾ ਦਿੱਲੀ ਚ, ਕਾਮ ਕੀ ਰਾਜਨੀਤੀ, ਨਾਮ ਕੀ ਰਾਜਨੀਤੀ ਨਹੀਂ, ਕਾਮ ਕੀ ਰਾਜਨੀਤੀ, ਬੜਾ ਸਫਲ ਹੋਇਆ ਦਿੱਲੀ ਦੇ ਸਕੂਲ, ਦਿੱਲੀ ਦੇ ਮਹੱਲਾ ਕਲੀਨਿਕ, ਦਿੱਲੀ ਚ ਬਿਜਲੀ ਪਾਣੀ ਫ੍ਰੀ। ਉਹੀ ਫੈਸਲਾ ਸੀ ਇੱਥੇ ਕਰਤਾ, ਤਾਂ ਕਿ ਸਿੱਖਣ ਸਿੱਖਣ ਚ ਕੀ ਹਰਜ ਹੈ ਬਈ, ਭਾਵੇਂ ਜਿੱਥੋਂ ਮਰਜ਼ੀ ਸਿੱਖ ਲਓ। ਭ੍ਰਿਸ਼ਟਾਚਾਰ ਦੇ ਖਿਲਾਫ ਫੋਨ ਨੰਬਰ ਜਾਰੀ ਕੀਤੇ, ਮੈਂ ਨਹੀਂ ਕਹਿੰਦਾ ਸਾਰੇ ਕਰਪਸ਼ਨ ਖਤਮ ਹੋ ਗਈ ਹੋਊ, ਪਰ ਬਹੁਤ ਘੱਟ ਗਈ। ਲੁਧਿਆਣਾ ਹੱਬ ਹੈ ਇੰਡਸਟਰੀ ਦਾ, ਬਹੁਤ ਸਾਰੇ ਮੇਰੇ ਦੋਸਤ ਮਿੱਤਰ ਆਏ ਵੀ ਹੋਣਗੇ ਇੰਡਸਟਰੀ ਤੋਂ, ਵੱਡੇ ਵੱਡੇ ਇੰਡਸਟਰੀਅਲ ਜਿਹੜੇ ਹੱਬ ਨੇ ਉਹ ਆ ਰਹੇ ਨੇ। ਪਾਲਸੀਆਂ ਸੌਖੀਆਂ ਕਰਤੀਆਂ, ਹੁਣ ਤੱਕ ਘੱਟੋ ਘੱਟ 65,000 ਕਰੋੜ ਰੁਪਈਏ ਦੀ ਇਨਵੈਸਟਮੈਂਟ ਆ ਚੁੱਕੀ ਹੈ, ਜਿਹੜੀ ਲੱਗ ਚੁੱਕੀ ਹੈ ਉਹਦੇ ਨਾਲ 2,98,000 ਮੁੰਡੇ ਕੁੜੀਆਂ ਨੂੰ ਕੰਮ ਕਾਰ ਮਿਲੂਗਾ ਜੀ, 2,98,000 ਨੂੰ। ਮੈਂ 3 ਲੱਖ ਵੀ ਕਹਿ ਸਕਦਾ ਸੀ, ਪਰ ਨਹੀਂ, ਮੈਂ ਉਨੇ ਹੀ ਕਹੂੰਗਾ ਜਿੰਨੇ ਹੁੰਦੇ ਨੇ। ਇੱਕ ਨਵੀਂ ਚੀਜ਼ ਕਰ ਰਹੇ ਹਾਂ ਪੰਜਾਬ ਚ, ਕੱਲ ਨੂੰ ਇੱਕ ਨਵੀਂ ਪੁਲਿਸ ਬਣਾ ਰਹੇ ਹਾਂ, ਉਹਦਾ ਨਾਮ ਹੈ SSF, ਕੱਲ ਨੂੰ ਲਾਂਚ ਕਰ ਰਹੇ ਹਾਂ PAP ਗਰਾਊਂਡ ਜਲੰਧਰ ਚ। SSF ਕੌਣ ਹੈ? ਸੜਕ ਸੁਰੱਖਿਆ ਫੋਰਸ। ਬਹੁਤ ਐਕਸੀਡੈਂਟ ਹੁੰਦੇ ਆ ਜਿੱਥੇ ਆਪਣੇ ਪਿਆਰੇ ਮਾਰੇ ਜਾਂਦੇ ਆ, ਜਿੱਥੇ ਮਿੱਤਰ ਪਿਆਰੇ ਮਾਰੇ ਜਾਂਦੇ ਆ, ਜਿੱਥੇ ਰਿਸ਼ਤੇਦਾਰ ਦੋਸਤ ਮਿੱਤਰ ਟੱਬਰਾਂ ਦੇ ਟੱਬਰ ਹੀ ਖਤਮ ਹੋ ਜਾਂਦੇ ਆ ਇੱਕ ਐਕਸੀਡੈਂਟ ਚ। ਬਸ ਇਹ ਗੱਲਾਂ ਬੜੀਆਂ ਮੈਨੂੰ ਦਿਲ ਨੂੰ ਦੁੱਖ ਪਹੁੰਚਾਉਂਦੀਆਂ ਨੇ ਕਿ ਬਚ ਸਕਦੇ ਸੀ ਜੇ ਟਰੱਕ ਖੜਾ ਨਾ ਹੁੰਦਾ। ਕਹਿੰਦੇ ਜੀ ਖੜੇ ਟਰੱਕ ਦੇ ਥੱਲੇ ਵੜ ਗਈ ਗੱਡੀ, 5 ਦੇ 5 ਮਰ ਗਏ, ਨੌਜਵਾਨ ਮਰ ਗਏ। ਆਏ ਰੱਬਾ, ਅਸੀਂ ਇੱਕ ਸੜਕ ਸੁਰੱਖਿਆ ਫੋਰਸ ਬਣਾ ਰਹੇ ਹਾਂ, ਉਹਨਾਂ ਨੂੰ 129 ਗੱਡੀਆਂ ਤੇ ਉਹਨਾਂ ਨੂੰ ਨਵੀਂ ਵਰਦੀ ਤੇ ਉਹਨਾਂ ਦਾ ਨਵਾਂ ਵਿਧਾਨ ਸੰਵਿਧਾਨ ਬਣਾ ਕੇ ਸੜਕਾਂ ਤੇ ਹੋਣਗੇ। ਜੇ 50% ਵੀ ਘਟਾ ਲੈ ਨਾ, 3,000 ਪੰਜਾਬੀਆਂ ਦੀਆਂ ਜਾਨਾਂ ਬਚਾ ਲਾਂਗੇ ਇੱਕ ਸਾਲ ਚ, 3,000। ਕੱਲ ਨੂੰ ਅਨਾਊਂਸ ਕਰ SSF। ਤੁਹਾਡੇ ਸਾਹਮਣੇ ਝਾਕੀ ਨਿਕਲੀ, ਉਹ ਸਾਹਮਣੇ ਖੜੀ ਹੈ ਮਾਈ ਭਾਗੋ। ਮਾਈ ਭਾਗੋ ਕੌਣ ਸੀ? ਮਾਈ ਭਾਗੋ ਪਹਿਲੀ ਸਿੱਖ ਵਾਰੀਅਰ ਸੀ। ਜਿਵੇਂ ਆਪਾਂ ਝਾਂਸੀ ਦੀ ਰਾਣੀ ਵਾਲੇ ਪੜ੍ਹਦੇ ਹਾਂ, ਇੱਦਾਂ ਹੀ
ਮਾਈ ਭਾਗੋ, ਨਾਰੀ ਸ਼ਕਤੀ ਦਾ ਪ੍ਰਤੀਕ ਮਾਈ ਭਾਗੋ ਦੇ ਨਾਂ ਤੇ ਕੁੜੀਆਂ ਨੂੰ ਫੌਜ ਭਰਤੀ ਕਰਨ ਵਾਸਤੇ ਟ੍ਰੇਨਿੰਗ ਸੈਂਟਰ ਹੈ ਮੋਹਾਲੀ ਦੇ ਵਿੱਚ। ਔਰ ਮੈਨੂੰ ਇਸ ਗੱਲ ਦਾ ਬਹੁਤ ਦੱਸਣ ਵੇਲੇ ਸਕੂਨ ਮਿਲ ਰਿਹਾ ਤੇ ਖੁਸ਼ੀ ਵੀ ਹੋ ਰਹੀ ਹੈ। ਜਦੋਂ ਵੀ ਹੁਣ ਤੱਕ ਮੈਂ 42 ਤਾਂ ਨਹੀਂ ਹੈਗੀ ਅਜੇ, 41,000 ਦੇ ਨੇੜੇ ਤੇੜੇ ਸਰਕਾਰੀ ਨੌਕਰੀਆਂ ਦੇ ਚੁੱਕਿਆ, ਔਰ ਉਹਦੇ ਚੋਂ ਅੱਧ ਤੋਂ ਵੱਧ ਕੁੜੀਆਂ ਨੇ, ਭਾਵੇਂ ਪਟਵਾਰੀ ਹੋਣ, ਭਾਵੇਂ ਸਬ ਇੰਸਪੈਕਟਰ ਹੋਣ, SDO ਹੋਣ, ਕੁੜੀਆਂ ਮੈਰਿਟ ਦੇ ਵਿੱਚ ਆਉਂਦੀਆਂ ਨੇ। ਤੇ ਕੁੜੀਆਂ ਨੂੰ ਫਿਰ ਬੁਲਾਇਆ ਜਾਂਦਾ, ਕਰੋ ਆ ਹੁਣ ਪਿੱਛੇ ਜੇ ਆਮ ਤੌਰ ਤੇ ਕੁੜੀਆਂ ਨੂੰ ਕਿਹਾ ਜਾਂਦਾ ਜੰਮਣ ਵੇਲੇ ਕਿ ਭਾਈ ਤੇਰੇ ਪੱਥਰ ਮੱਥੇ ਮਾਰਿਆ ਰੱਬ ਨੇ ਕੋਈ ਪੁਰਾਣੇ ਜਨਮ ਦੇ ਤੇਰੇ ਪਾਪ ਚ ਤਾਂ ਤੇਰੇ ਘਰੇ ਧੀ ਜੰਮ ਪੀ। ਨਹੀਂ, ਏਦਾਂ ਨਹੀਂ ਹੋ ਸਕਦਾ। ਆ ਮੰਡੀ ਗੋਬਿੰਦਗੜ੍ਹ ਕੋਲ ਇੱਕ ਪਿੰਡ ਹੈ, ਦੋ ਸਕੀਆਂ ਭੈਣਾਂ ਜੋੜੀਆਂ ਭੈਣਾਂ ਜੱਜ ਬਣ ਗਈਆਂ ਜੀ। ਜਦੋਂ ਪਹਿਲਾਂ ਕਹਿੰਦੇ ਸੀ ਇਹ ਤਾਂ ਪੱਥਰ ਮੱਥੇ ਮਾਰਿਆ, ਹੁਣ ਹੋਈ ਉਹੀ ਬੰਦੇ ਮਠਿਆਈ ਦੇ ਗਾਜਰ ਪਾਕ ਦੇ ਡੱਬੇ ਲੈ ਕੇ ਆ ਰਹੇ ਨੇ। ਸਾਡੀਆਂ ਧੀਆਂ ਜਿਹੜੀਆਂ ਨੇ ਬਹੁਤ ਕੁਛ ਕਰ ਸਕਦੀਆਂ ਨੇ, ਮੌਕਾ ਤਾਂ ਦਿਓ ਨਾ। ਮੈਂ ਇੱਕ ਹੋਰ ਇੱਕ ਨਿੱਜੀ ਅਨਾਊਂਸਮੈਂਟ ਕਰਨੀ ਚਾਹੁੰਦਾ, ਹੈਗੀ ਸੋਸ਼ਲ ਹੈ, ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ। ਮੇਰੀ ਪਤਨੀ ਡਾਕਟਰ ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ, ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ, ਹੈਰਾਨੀ ਵੀ ਹੋਊਗੀ ਕਿ ਅਸੀਂ ਹਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ, ਔਰ ਕਰਨਾ ਵੀ ਨਹੀਂ। ਬਸ ਜਿਹੜਾ ਆਵੇ ਤੰਦਰੁਸਤ ਆਵੇ, ਬੱਚਾ ਆਵੇ ਤੰਦਰੁਸਤ ਆਵੇ। ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਹੈ ਕੁਦਰਤ ਦੀ। ਮੁੰਡਿਆਂ ਕੁੜੀਆਂ ਦੇ ਚੱਕਰਾਂ ਚ ਕਿੱਥੇ ਪੈ ਗਏ ਆ ਨਾ, ਜੋ ਵੀ ਆਵੇ ਤੰਦਰੁਸਤ ਆਵੇ, ਬਸ ਇਹੀ ਦੁਆ ਕਰਾਂਗੇ। ਤੁਸੀਂ ਵੀ ਇਹੀ ਕਰਿਓ, ਜਿੰਨੇ ਵੀ ਇਸ ਵਕਤ ਬੰਦੇ ਮੈਨੂੰ ਦੁਨੀਆਂ ਭਰ ਸੁਣ ਰਹੇ ਨੇ, ਇਹ ਨਾ ਚੈੱਕ ਕਰਿਆ ਕਰੋ ਮੁੰਡਾ ਹੈ ਜਾਂ ਕੁੜੀ ਹੈ ਨਾ, ਕੀ ਪਤਾ ਕੌਣ ਕਿਹੜੇ ਭਾਗ ਲੈ ਕੇ ਜੰਮ ਪੇ, ਕੀ ਕਿਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ, ਕੀ ਪਤਾ ਹੁੰਦਾ ਰੱਬ ਕਿਹੜੇ ਰੰਗਾਂ ਚ ਰਾਜੀ ਹੈ। ਸੋ ਇਸ ਕਰਕੇ ਨਾਰੀ ਸ਼ਕਤੀ ਦਾ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਸੰਕਲਪ ਹੈ ਉਹ ਬਹੁਤ ਵੱਡੇ ਲੈਵਲ ਤੇ ਚੱਲੂਗਾ। ਬਾਕੀ ਨਹਿਰਾਂ ਦਾ ਪਾਣੀ, ਕੱਸਿਆਂ ਦਾ ਪਾਣੀ, 20-25 ਸਾਲ ਬਾਅਦ ਮੈਨੂੰ ਰੋਜ਼ ਵੀਡੀਓ ਆ ਜਾਂਦੀਆਂ, ਬਾਈ ਜੀ 25 ਸਾਲ ਬਾਅਦ ਪਾਣੀ ਦੇਖਿਆ ਇਸ ਕੱਸੀ ਚ, ਇਸ ਅੰਡਰਲਾਈਨ ਜਿਹੜੀਆਂ ਪਾਈਪਾਂ ਪਾ ਰਹੇ ਅੰਡਰਗਰਾਊਂਡ, ਇਹੀ ਹੋਊਗਾ। ਸਾਡਾ ਸੂਬਾ ਨੰਬਰ 1 ਸੀ ਤੇ ਨੰਬਰ 1 ਬਣੂਗਾ, ਕਿਉਂਕਿ ਸੱਚੀ ਨੀਅਤ ਨਾਲ ਕੰਮ ਕਰ ਰਹੇ ਹਾਂ, ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਆਓ ਜਿਹੜੀ ਮੇਰੀ ਪੀੜ੍ਹੀ ਬੈਠੀ ਹੈ ਨਾ ਮੇਰੇ ਮੂਹਰੇ, ਮੈਨੂੰ ਇਹਨਾਂ ਦੀ ਜ਼ਿਆਦਾ ਫਿਕਰ ਹੈ। ਮੈਨੂੰ ਨੈਕਸਟ ਇਲੈਕਸ਼ਨ ਦੀ ਫਿਕਰ ਨਹੀਂ, ਮੈਨੂੰ ਨੈਕਸਟ ਜਨਰੇਸ਼ਨ ਦੀ ਫਿਕਰ ਹੈ। ਆ ਬੈਠੀ ਹੈ ਮੇਰੇ ਮੂਹਰੇ ਨੈਕਸਟ ਜਨਰੇਸ਼ਨ, ਇਹਨਾਂ ਨੂੰ ਪੜ੍ਹਾ ਲਈਏ,
ਇਹਨਾਂ ਨੂੰ ਯੂਪੀਐਸਸੀ, ਇਹਨਾਂ ਨੂੰ ਹਾਈ ਲੈਵਲ ਦੀ ਪੜ੍ਹਾਈ ਕਰਾ ਲਈਏ। ਇਹ ਜੌਬ ਸੀਕਰਸ ਨਾ ਬਣਨ, ਜੌਬ ਪ੍ਰੋਵਾਈਡਰਸ ਬਣਨ। ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ, ਮੈਂ ਚਾਹੁੰਦਾ ਸੱਚੇ ਦਿਲੋਂ ਪੰਜਾਬ ਦੇ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਾ ਬਣਨ, ਨੌਕਰੀਆਂ ਵੰਡਣ ਵਾਲੇ ਬਣਨ। ਵੰਡਣ ਵਾਲੇ ਖੋਲੋ ਫੈਕਟਰੀਆਂ, ਕਰੋ ਸਟਾਰਟਅਪ, ਕਰੋ ਨਵੇਂ ਨਵੇਂ ਚੀਜ਼, ਸਰਕਾਰ ਤੁਹਾਡੇ ਨਾਲ ਖੜੂਗੀ। ਫਿਰ ਮੇਰਾ ਕੰਮ ਅੱਧਾ ਰਹਿ ਜੂਗਾ, ਮੇਰਾ ਕੀ ਕੰਮ ਰਹਿ ਜੂਗਾ? ਫਿਰ ਜਦੋਂ ਦੁਨੀਆ ਹੀ ਖੁਸ਼ ਹੈ, ਜੋ ਜਨਤਾ ਹੀ ਖੁਸ਼ ਹੈ, ਫਿਰ ਮੁੱਖ ਮੰਤਰੀ ਦਾ ਕੰਮ ਕੀ ਰਹਿ ਗਿਆ ਜੋ ਜਨਤਾ ਖੁਸ਼ ਹੀ ਹੋ ਗਈ ਸਾਰੀ? ਮੈਂ ਤਾਂ ਫਿਰ ਵੈਸੇ ਉਹੀ ਗੇੜਾ ਗੁੜਾ ਮਾਰਨ ਆ ਜਾ ਕਰੂੰ ਤੁਹਾਡੇ ਕੋਲੇ। ਨਹੀਂ ਤਾਂ ਇਹਨਾਂ ਨੇ ਜਾਣ ਬੁੱਝ ਕੇ ਗਰੀਬ ਰੱਖੇ ਹੋਏ ਆ, ਇਹਨਾਂ ਨੇ ਜਾਣ ਬੁੱਝ ਕੇ ਅਨਪੜ੍ਹ ਰੱਖੇ ਹੋਏ ਆ, ਇਹਨਾਂ ਨੇ ਜਾਣ ਬੁੱਝ ਕੇ ਨੌਕਰੀਆਂ ਤੋਂ ਵਾਂਝੇ ਰੱਖੇ ਹੋਏ ਆ, ਤਾਂ ਕਿ ਸਾਡੇ ਘਰਾਂ ਮੂਹਰੇ ਆਉਣ, ਸਾਡੇ ਘਰਾਂ ਮੂਹਰੇ ਆ ਕੇ ਹੱਥ ਬੰਨਣ। ਆ ਹੱਥ ਬੰਨਣ ਵਾਲਾ ਕਲਚਰ ਖਤਮ ਕਰਨਾ ਚਾਹੁੰਦਾ। ਤੁਹਾਡਾ ਪੁੱਤ ਆ, ਤੁਹਾਡਾ ਭਰਾ, ਹੱਥ ਬੰਨਣ ਵਾਲਾ ਕਲਚਰ ਖਤਮ ਕਰਨਾ ਚਾਹੁੰਦਾ। ਪੰਜਾਬੀ ਹੱਥ ਬੰਨਦੇ ਨਹੀਂ, ਪੰਜਾਬੀ ਹੱਥ ਐ ਚੱਕਦੇ ਆ। ਭਗਤ ਸਿੰਘ ਦਾ ਕਦੇ ਵੀ ਬੁੱਤ ਦੇਖੋਗੇ ਐ ਆਉਂਦਾ ਐ, ਔਰ ਹਲਵਾਰੇ ਵਾਲਾ ਏਅਰਪੋਰਟ ਚੱਲੂਗਾ, ਨਾਮ ਕੀ ਰੱਖਿਆ? ਕਰਤਾਰ ਸਿੰਘ ਸਰਾਭਾ ਏਅਰਪੋਰਟ ਰੱਖਿਆ ਉਹਦਾ ਨਾਮ। ਮੋਹਾਲੀ ਵਾਲੇ ਏਅਰਪੋਰਟ ਦਾ ਨਾਂ ਕੀ ਰੱਖਿਆ? ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਰੱਖਿਆ ਉਹਦਾ ਨਾਂ। ਥਰਮਲ ਪਲਾਂਟ ਖਰੀਦਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ, ਗੋਇੰਦਵਾਲ ਸਾਹਿਬ ਵਾਲਾ ਜੀਵੀਕੇ ਕੰਪਨੀ ਹੁੰਦੀ ਸੀ ਇੱਕ, ਉਹਨਾਂ ਤੋਂ ਚੱਲਦਾ ਨਹੀਂ ਸੀ, ਉਹਨਾਂ ਨੂੰ ਕੋਲਾ ਮਹਿੰਗਾ ਪੈਂਦਾ ਸੀ, ਸਾਨੂੰ ਕੋਲਾ ਸਸਤਾ ਪੈਂਦਾ। ਤੇ ਉਹਦਾ ਨਾਮ ਕੀ ਰੱਖਿਆ? ਬਾਬਾ ਅਮਰਦਾਸ ਥਰਮਲ ਪਲਾਂਟ, ਕਿਉਂਕਿ ਗੁਰੂ ਅਮਰਦਾਸ ਜੀ ਤੀਜੀ ਪਾਤਸ਼ਾਹੀ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ ਲੱਗੀ, ਉਹਨਾਂ ਨੇ ਉੱਥੇ ਸਤੀ ਪ੍ਰਥਾ ਖਤਮ ਕੀਤੀ ਸੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ। ਕਿਸੇ ਨੇ ਦੇਖਿਆ ਹੀ ਨਹੀਂ ਪਹਿਲਾਂ, ਅਸੀਂ ਉਹਨਾਂ ਦੇ ਨਾਂ ਤੇ ਥਰਮਲ ਪਲਾਂਟ ਖੋਲ ਰਹੇ ਹਾਂ, ਬਿਜਲੀ ਦਾ ਪਲਾਂਟ ਖੋਲ ਰਹੇ ਹਾਂ। ਲੋਕਾਂ ਦੇ ਘਰਾਂ ਚ ਗੁਰੂ ਅਮਰਦਾਸ ਦੀ ਚਾਨਣ ਆਊਗਾ, ਗੁਰੂ ਅਮਰਦਾਸ ਦੀ ਜੋਤੀ ਜਗੂਗੀ। ਸੋ ਅੱਜ ਮੈਂ ਕਿਸੇ ਵਿਰੋਧੀ ਪਾਰਟੀ ਦੇ ਕਿਸੇ ਬੰਦੇ ਬਾਰੇ ਕੁਛ ਨਹੀਂ ਕਹੂੰਗਾ, ਕਿਉਂਕਿ ਉਹ ਤਾਂ ਹੈ ਹੀ ਨਹੀਂ। ਮੈਂ ਕਿਉਂ ਕਹਾਂ ਵੀ, ਜਦੋਂ ਲੋਕ ਕਹਿੰਦੇ, ਲੋਕ ਮੈਨੂੰ ਕਹਿੰਦੇ ਬਹੁਤ ਛੱਡਿਆ ਕਰ, ਉਹਦੇ ਬਾਰੇ ਕਿਉਂ ਬੋਲਦਾ ਹੁਣ ਜਦੋਂ ਹੈ ਹੀ ਨਹੀਂ? ਤਾਂ ਮੈਂ ਤਾਂ ਸਿਰਫ ਤੁਹਾਨੂੰ ਕਹੂੰਗਾ ਹੈਪੀ ਰਿਪਬਲਿਕ ਡੇ। ਔਰ ਇੱਕ ਗੱਲ ਹੋਰ ਕਹੂੰਗਾ ਕਿ ਲੋਕੋ ਕੋ ਅਕਸਰ ਕਹਤੇ ਸੁਣਾ ਹੈ, ਜਿੰਦਾ ਰਹੇ ਤੋ ਫਿਰ ਮਿਲੇਂਗੇ, ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਂਗੇ। ਰਾਮ ਮੰਦਿਰ ਬਣਿਆ ਅਯੋਧਿਆ ਚ, ਸਾਰਿਆਂ ਨੂੰ ਜਾਣਾ ਚਾਹੀਦਾ। ਸਾਡੀਆਂ ਦੀਵਾਲੀਆਂ, ਸਾਡੇ ਦੁਸਹਿਰੇ, ਸਾਡੀਆਂ ਲੋਹੜੀਆਂ, ਸਾਡੀਆਂ ਵਿਸਾਖੀਆਂ ਸਾਂਝੀਆਂ ਨੇ। ਰਮਜ਼ਾਨ, ਰਮਜ਼ਾਨ ਮੈਂ ਇੱਕ ਕਿਸੇ ਸੀਡੀ ਦੇ ਵਿੱਚ ਗੱਲ ਕਹੀ ਸੀ, ਰਮਜ਼ਾਨ ਨੂੰ ਕਿਹਾ ਜਾਂਦਾ ਕਿ ਮੁਸਲਮਾਨਾਂ ਦਾ ਤਿਉਹਾਰ ਹੈ। ਰਮਜ਼ਾਨ ਅੰਗਰੇਜ਼ੀ ਚ ਕਿਵੇਂ ਲਿਖਿਆ ਜਾਂਦਾ? ਆਰ ਏ ਐਮ ਜ਼ੈਡ ਏ ਐਨ, ਪਹਿਲੇ ਤਿੰਨ ਅੱਖਰ ਕੀ ਨੇ? ਆਰ ਏ ਐਮ, ਰਾਮ। ਜਾਣੀ ਕਿ ਤਿਉਹਾਰ ਮੁਸਲਮਾਨਾਂ ਦਾ, ਪਰ ਰਾਮ ਦਾ ਨਾਮ ਉਹਦੇ ਵਿੱਚ ਹੈ। ਕਹਿੰਦੇ ਜੀ ਦੀਵਾਲੀ ਹਿੰਦੂਆਂ ਦਾ ਤਿਉਹਾਰ ਹੈ, ਦੀਵਾਲੀ ਕਿਵੇਂ ਲਿਖੀ ਜਾਂਦੀ ਹੈ?
DIWALI ਆਖਰੀ ਤਿੰਨ ਅੱਖਰ ਕੀ ਨੇ? ALI ਅਲੀ। ਅਲੀ ਕੌਣ ਹੈ? ਮੁਸਲਮਾਨਾਂ ਦਾ ਗੁਰੂ ਹੈ। ਉਹ ਸਾਡੇ ਤਾਂ ਤਿਉਹਾਰਾਂ ਚ ਇੱਕ ਦੂਜਿਆਂ ਦੇ ਇਸ਼ਟਾਂ ਦੇ ਦੇਵਤਿਆਂ ਦੇ ਨਾਮ ਨੇ, ਸਾਨੂੰ ਕਿਵੇਂ ਵੱਖ ਕਰ ਲਓਗੇ ਕਿ ਆਹ ਤਿਉਹਾਰ ਇਹਦਾ ਆਹ ਤਿਉਹਾਰ ਇਹਦਾ? ਕਦੇ ਵੀ ਨਹੀਂ ਕਰ ਸਕਦੇ। ਸਾਰੇ ਜਾ ਕੇ ਆਓ। ਤੀਰਥ ਯਾਤਰਾ ਸ਼ੁਰੂ ਕੀਤੀ ਹੋਈ ਹੈ ਪੰਜਾਬ ਸਰਕਾਰ ਨੇ, ਬਜ਼ੁਰਗਾਂ ਨੂੰ ਲੈ ਕੇ ਜਾਓ ਜਿੱਥੇ ਜਾਣਾ ਚਾਹੁੰਦੇ ਆ। ਹਾਂ ਥੋੜ੍ਹਾ ਜਿਹਾ ਇਹਨਾਂ ਨੇ ਰੇਲਵੇ ਰੂਲਵੇ ਦਾ ਪੰਗਾ ਪਾਤਾ ਸੀ, ਹੁਣ ਮੰਨ ਗਏ। ਜਿੱਥੇ ਜਾਣਾ ਚਾਹੁੰਦੇ ਹੋ ਜਾ ਕੇ ਆਓ। ਜੇ ਨਿੰਮ ਪੂਜ ਕੇ ਕਿਸੇ ਨੂੰ ਜਾਂ ਟਾਲੀ ਪੂਜ ਕੇ ਸੰਤੁਸ਼ਟੀ ਮਿਲਦੀ ਹੈ, ਮੈਨੂੰ ਕੋਈ ਹੱਕ ਨਹੀਂ ਕਿ ਮੈਂ ਉਸ ਬੰਦੇ ਨੂੰ ਕਹਾਂ ਕਿ ਤੇਰੇ ਨਿੰਮ ਤੇ ਟਾਲੀ ਦੀ ਜਗ੍ਹਾ ਤੇ ਮੇਰੀ ਬੇਰੀ ਜਾਂ ਮੇਰਾ ਸਫੈਦਾ ਜਿਹੜਾ ਉਹ ਜ਼ਿਆਦਾ ਪੂਜਣ ਯੋਗ ਹੈ। ਮੈਨੂੰ ਕੋਈ ਹੱਕ ਨਹੀਂ। ਜਿੱਥੋਂ ਜਿਹਨੂੰ ਸੰਤੁਸ਼ਟੀ ਮਿਲਦੀ ਹੈ ਮਿਲ ਲਓ। ਧਰਮ ਦੀ, ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਹੋਇਆ, ਧਰਮ ਦੀ ਜਾਤੀ ਦੀ ਰਾਜਨੀਤੀ ਨਹੀਂ ਕਰਨੀ, ਰਾਜਨੀਤੀ ਕਰਨੀ ਹੈ ਕੰਮ ਦੀ। ਬਿਜਲੀ ਫ੍ਰੀ 90% ਘਰਾਂ ਨੂੰ, ਥਰਮਲ ਪਲਾਂਟ ਖਰੀਦ ਲਏ, ਨੌਕਰੀਆਂ ਦੇਈ ਜਾਂਦੇ ਆ, ਹਸਪਤਾਲ ਬਣੀ ਜਾਂਦੇ ਆ, ਇੰਡਸਟਰੀ ਆਈ ਜਾਂਦੀ ਹੈ, ਔਰ ਕੋਈ ਕਰਪਸ਼ਨ ਨਹੀਂ। ਸਭ ਤੋਂ ਵੱਡੀ ਗੱਲ ਇਹ ਕਿ ਮੇਰੇ ਵੱਲੋਂ ਤੁਹਾਨੂੰ ਇਹ ਯਕੀਨ, ਮੇਰੇ ਤੇ ਯਕੀਨ ਜੋ ਰੱਖਿਆ ਹੋਇਆ ਬਸ ਇੱਦਾਂ ਹੀ ਕਾਇਮ ਰੱਖਿਓ। ਮੈਂ ਇਕੱਲੇ ਨੂੰ ਸਾਰਿਆਂ ਵਾਲੀ ਕਬੱਡੀ ਪਾ ਰੱਖੀ ਹੈ, ਜੋ ਮਰਜ਼ੀ ਮੇਰੇ ਬਾਰੇ ਬੋਲੀ ਜਾਣ, ਮੈਨੂੰ ਓਨਾ ਚਿਰ ਕੋਈ ਫਿਕਰ ਨਹੀਂ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ। ਭਾਰਤ ਮਾਤਾ ਕੀ, ਇਨਕਲਾਬ ਇਨਕਲਾਬ, ਬੋਲੇ ਸੋਨਿਹਾਲ। ਬਹੁਤ ਬਹੁਤ ਮੁਬਾਰਕਬਾਦ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ, ਸਾਡੇ ਮੁੱਖ